ਪੈਸਿਆਂ ਦੇ ਪਿੱਛੇ ਯਾਰਾਂ ਨੇ ਆਪਣੇ ਯਾਰ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਪਹਿਲਾਂ ਤਾਂ ਇਹ ਇਕੱਠੇ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਪਰ ਜਦੋਂ ਇਹਨਾਂ ਦੇ ਵੱਲੋਂ ਪੈਸੇ ਵੰਡਣ ਲੱਗੇ ਲੁੱਟੇ ਹੋਏ ਤਾਂ ਉਸ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ 'ਚ ਝਗੜਾ ਹੁੰਦਾ ਅਤੇ ਇੱਕ ਨੌਜਵਾਨ ਦਾ ਇਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ। ਤਾਂ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਇਹ ਮੂੰਹ ਢੱਕ ਕੇ ਦਿਖਦੇ ਸ਼ਖਸ ਇਹ ਕੋਈ ਹੋਰ ਨਹੀਂ ਬਲਕਿ ਇਹ ਯਾਰੀ ਦੇ ਨਾਂ ਦੇ ਉੱਤੇ ਕਲੰਕ ਨੇ, ਕਿਉਂਕਿ ਇਹਨਾਂ ਨੇ ਜੋ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਆਪਣੇ ਦੋਸਤ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਕਿਹਾ ਜਾ ਰਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੇ ਵੱਲੋਂ ਉਸਦਾ ਕਤਲ ਕੀਤਾ ਗਿਆ। ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬੀਤੇ ਦਿਨਾਂ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਸੀ। ਗੋਲੀਆਂ ਵੱਜਣ ਦੇ ਉਸਦੀ ਬੋਡੀ ਦੇ ਉੱਤੇ ਨਿਸ਼ਾਨ ਸੀ। ਪੁਲਿਸ ਦੇ ਵੱਲੋਂ ਜਦੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ ਅਤੇ ਹੋਰ ਵੀ ਸੋਰਸਿਸ ਤੋਂ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਮੌਕੇ ਦੇ ਉੱਤੇ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇੱਕ ਗੈਂਗ ਚਲਾਇਆ ਜਾ ਰਿਹਾ ਸੀ ਲੁੱਟ ਦਾ, ਜਿਸ ਦੇ ਵਿੱਚ ਇਹਨਾਂ ਨੇ ਇੱਕ ਮੋਗਾ ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ 60,000 ਰੁਪਏ ਦੀ ਲੁੱਟ ਕੀਤੀ ਸੀ। ਟੋਲ ਪਲਾਜ਼ਿਆਂ ਦੇ ਉੱਤੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਇੱਕ ਪੈਟਰੋਲ ਪੰਪ ਦੇ ਉੱਤੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਇਹਨਾਂ ਦੇ ਹੀ ਗਰੁੱਪ ਦੇ ਵਿੱਚ ਜੋ ਮ੍ਰਿਤਕ ਸੀ ਉਹ ਵੀ ਸ਼ਾਮਲ ਸੀ। ਜਦੋਂ ਇਹ ਪੈਸੇ ਵੰਡਣ ਲੱਗੇ ਲੁੱਟੇ ਹੋਏ ਤਾਂ ਇਹਨਾਂ ਦੇ ਵਿਚਕਾਰ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਇਹਨਾਂ ਨੇ ਆਪਣੇ ਰਾਸਤੇ ਤੋਂ ਉਸਨੂੰ ਹਟਾਉਣ ਦੇ ਲਈ ਸ਼ਰੇਆਮ ਗੋਲੀਆਂ ਮਾਰ ਕੇ ਆਪਣੇ ਹੀ ਯਾਰ ਦਾ ਕਤਲ ਕਰ ਦਿੱਤਾ ਅਤੇ ਹੁਣ ਪੁਲਿਸ ਨੇ ਇਹਨਾਂ ਦੇ ਵਿੱਚੋਂ ਦੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੇ ਕੋਲ ਜੋ ਨਜਾਇਜ਼ ਤੌਰ 'ਤੇ ਅਸਲਾ ਰੱਖਿਆ ਹੋਇਆ ਸੀ ਉਸ ਨੂੰ ਵੀ ਜ਼ਬਤ ਕੀਤਾ ਅਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਯਾਰਾਂ ਨੇ ਹੀ ਆਪਣੇ ਯਾਰ ਦਾ ਪੈਸਿਆਂ ਦੇ ਪਿੱਛੇ ਕਤਲ ਕਰ ਦਿੱਤਾ। ਫਿਰੋਜ਼ਪੁਰ ਜ਼ਿਲ੍ਹੇ ਕੇ ਜ਼ੀਰਾ ਸਬ ਡਿਵੀਜ਼ਨ PS ਮੱਖੂ ਦੇ ਵਿੱਚ ਸਾਨੂੰ ਇੱਕ ਅਨਆਈਡੈਂਟੀਫਾਈਡ ਡੈਡ ਬੋਡੀ ਮਿਲੀ ਸੀਗੀ। ਜਦੋਂ ਸਾਨੂੰ ਡੈਡ ਬੋਡੀ ਅਸੀਂ ਡਿਸਕਵਰ ਕੀਤੀ ਉਹਦੇ ਹੱਥ ਬੰਧੇ ਹੋਏ ਸੀਗੇ, ਮੂੰਹ ਦੇ ਵਿੱਚ ਵੀ ਕੱਪੜਾ ਸੀਗਾ ਅਤੇ ਗਨ ਸ਼ੋਟ ਵੂਨਸ ਅਤੇ ਅਨਯ ਵੂਨ ਵੀ ਬੋਡੀ 'ਚ ਸੀਗੇ। ਬੋਡੀ ਦੇ ਬਾਰੇ 'ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ। ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ ਵੱਖ ਟੀਮੇ ਬਣਾਈ ਗਈ, SP ਇਨਵੈਸਟੀਗੇਸ਼ਨ ਰਣਧੀਰ, DPSP ਜ਼ੀਰਾ ਅਤੇ DPSP D ਦੇ ਅੰਦਰ ਟੀਮੇ ਬਣਾਈ ਗਈ। ਜਿੰਨੇ ਵੀ ਨੇਬਰਿੰਗ ਡਿਸਟ੍ਰਿਕਟਸ ਹੈ, ਤਰਨ ਤਾਰਨ, ਸਾਡੀ ਡਿਸਟ੍ਰਿਕਟ ਫਿਰੋਜ਼ਪੁਰ, ਸਾਰੇ ਰੂਟ ਜੋ ਉਸ ਇੰਸੀਡੈਂਟ ਅਤੇ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ, ਸਾਰੀ ਟੀਮਾਂ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ। ਫਾਈਨਲੀ ਥਰੂ ਟੈਕਨੀਕਲ ਇਨਪੁੱਟ ਸਾਨੂੰ ਇੱਕ ਖਬਰ ਮੌਸੂਲ ਹੋਈ ਅਤੇ ਹਾਸਿਲ ਹੋਈ ਕਿ ਤਰਨ ਤਾਰਨ ਦੇ ਵਿੱਚ ਕੁਝ ਬੰਦੋ ਦੇ ਵਿਚਕਾਰ ਲੜਾਈ ਹੋਈ ਹੈ। ਉਸ ਲਿੰਕ ਨੂੰ ਫੋਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟਰੇਸ ਕਰਨੇ ਮੇਂ ਕਾਮਯਾਬ ਹੋਏ ਹਾਂ। ਇਹਦੇ ਵਿੱਚ 3 ਬੰਦੇ ਸ਼ਾਮਿਲ ਸੀਗੇ, ਉਹਦੇ ਵਿੱਚ ਇੱਕ ਜੁਵਨਾਇਲ ਸੀਗਾ, ਇੱਕ ਜਿਹੜਾ ਮੇਨ ਨਵਦੀਪ ਸਿੰਘ, ਉਸਦੀ ਉਮਰ 21 ਸਾਲ ਹੈ, ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ ਸੇ ਫੜ ਕੇ ਲਾਏ ਹੈ, ਅਤੇ ਜਸਕਰਨ ਸਿੰਘ, ਉਹਨੂੰ ਅਸੀਂ ਪੰਜਾਬ ਸੇ ਹੀ ਫੜਿਆ ਹੈਗਾ। ਇਹ ਤਿੰਨੋਂ ਬੰਦੇ ਅਤੇ ਚਾਰੋਂ ਬੰਦੇ ਦੋਸਤ ਸੀਗੇ, ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹਦੇ ਕਰਕੇ ਇਹਨਾਂ ਨੇ ਇਹ ਮਰਡਰ ਕੀਤਾ ਹੈ। ਨਹੀਂ, ਇਹ ਪਹਿਲੇ ਦੋਸਤ ਸੀਗੇ, ਉਸੇ ਦਿਨ ਇਹਨਾਂ ਦੀ ਉਸ ਦਿਨ ਵਿੱਚ ਜਦ ਡੈਥ ਹੋਈ ਹੈ ਉਸ ਤੋਂ ਇੱਕ ਦਿਨ ਪਹਿਲੇ, ਉਸ 8-9 ਅਤੇ ਉਸ ਦੌਰਾਨ ਇਹਨਾਂ ਦੇ ਵਿਚਕਾਰ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਚੱਲਾ ਹੈ। ਉਹਦੇ ਬਾਅਦ ਇਹਨਾਂ ਨੇ ਬਦਲਾ ਲੈਣ ਵਾਸਤੇ ਇਸ ਬੰਦੇ ਨੂੰ ਮਾਰਾ ਅਤੇ ਮਰਡਰ ਕੀਤਾ ਹੈ ਜੀ। ਇਹਨਾਂ ਦਾ ਪਿਛਲਾ ਰਿਕਾਰਡ ਅਭੀ ਇਨਪੇ ਜਿਹੜਾ ਸਾਨੂੰ ਪੁੱਛਗਿੱਛ ਦੇ ਵਿੱਚ ਪਤਾ ਚੱਲਿਆ ਹੈ, ਇੱਕ ਇਹਨਾਂ ਇਹ ਮੰਨਦੇ ਹੈ ਕਿ ਇਹਨਾਂ ਨੇ 4 ਵਾਰਦਾਤੇ ਕੀ ਹੈ। ਇਹ ਪੂਰਾ ਗੈਂਗ ਥਾ ਜਿਹੜਾ ਮੋਗਾ ਜ਼ਿਲ੍ਹਾ ਦੇ ਵਿੱਚ ਓਪਰੇਟ ਕਰਦਾ ਸੀਗਾ, ਮੋਗਾ ਅਤੇ ਫਿਰੋਜ਼ਪੁਰ। ਇਹਨਾਂ ਦਾ ਕਹਿਣਾ ਹੈ ਜਿਹੜਾ ਸਦਰ ਮੋਗਾ ਦੇ ਵਿੱਚ ਇੱਕ 60,000 ਰੁਪਏ ਦੀ ਖੋਹ ਹੋਈ ਹੈ ਉਹਦੇ ਵਿੱਚ ਇਹ ਸ਼ਾਮਿਲ ਸੀਗੇ। ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਹੁਣ ਤੱਕ ਬਾਤ ਮਾਨੀ ਹੈ, ਟੋਲ ਪਲਾਜ਼ਾ 'ਤੇ ਵੀ ਇਹਨਾਂ ਨੇ 2 ਵਾਰਦਾਤੇ ਕੀਤੀ ਹੈ ਅਤੇ ਜਿਹੜੀ ਪੈਟਰੋਲ ਪੰਪ ਦੀ ਖੋਹ ਹੈ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਜਿਹੜੀ ਗਨ ਮਿਲੀ ਹੈ ਇਹਨਾਂ ਦੇ ਕੋਲੋਂ, ਗਨ ਲੀਗਲ ਹੈ ਇਲੀਗਲ? ਅਸੀਂ ਇੱਕ ਵੈਪਨ ਰਿਕਵਰ ਕੀਤਾ ਹੈ ਜਿਹੜਾ ਇਲੀਗਲ ਹੈ ਜੀ।
ਕੁਝ ਦੱਸਿਆ ਜੀ ਇਹਨਾਂ ਨੇ ਕਿਉਂ ਮਾਰਿਆ, ਪੈਸੇ ਕਰਕੇ ਆਪਸ ਲੜੇ, ਕੀ ਕਾਰਨ ਕੀ ਹੈ? ਨਹੀਂ ਦੇਖੀਏ, ਇਹ ਜੋ ਸਮਝਣੇ ਵਾਲੀ ਗੱਲ ਹੈ, ਇਹਨਾਂ ਦੀ ਉਮਰ ਵੀ ਕਾਫੀ ਕਮ ਹੈ, 20-21 ਸਾਲ ਦੇ ਮੁੰਡੇ ਹੈਗੇ। ਇਹਨਾਂ ਦਾ ਗੈਂਗ ਸੀਗਾ, ਉਹਦੇ ਵਿੱਚ ਇਹਨਾਂ ਦੀ ਆਪਸੀ ਹੀ ਰੰਜਿਸ਼ ਹੋਈ, ਆਪਸੀ ਹੀ ਪ੍ਰੋਬਲਮ ਹੋਈ, ਔਰ ਉਸੇ ਕਰਕੇ ਇਹਨਾਂ ਨੇ ਮਰਡਰ ਕੀਤਾ ਹੈ। ਇੱਕ ਦੂਜੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਹੈ, ਉਹ ਹੁਣ ਤੱਕ ਹੁਣ ਬਾਤ ਕਲੀਅਰ ਨਹੀਂ ਹੋਈ ਹੈ, ਬਟ ਅਸੀਂ ਉਹਨੂੰ ਇਨਵੈਸਟੀਗੇਸ਼ਨ 'ਚ ਦੇਖਾਂਗੇ। ਬਟ ਇਸ ਵਿੱਚ ਜੋ ਸਮਝਣੇ ਵਾਲੀ ਗੱਲ ਹੈ ਉਹ ਇਹ ਕਿ ਇੱਕ ਅਨਆਈਡੈਂਟੀਫਾਈਡ ਡੈਡ ਬੋਡੀ, ਜਿਸਕੇ ਬਾਰੇ ਜਿਸਕੀ ਵੀ ਸ਼ਨਾਖਤ ਨਹੀਂ ਹੋ ਪਾ ਰਹੀ ਸੀਗੀ, ਉਸ ਤੋਂ ਇਲਾਵਾ ਕੋਈ ਵੀ ਕੈਮਰਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਇਨਪੁੱਟ ਸਾਡੇ ਕੋਲ ਮੌਜੂਦ ਨਹੀਂ ਸੀਗਾ। ਪਿਓਰਲੀ ਆਪਣੇ ਮੈਨ ਆਰਸ ਡਾਲ ਕੇ ਸਾਡੀ ਇਨਵੈਸਟੀਗੇਸ਼ਨ ਅਤੇ SHO ਮੱਖੂ ਐਂਡ DPSP ਜ਼ੀਰਾ ਕੀ ਟੀਮ ਨੇ ਇੰਨੇ ਸਾਰੇ ਕੈਮਰੇ ਅਤੇ ਸਾਰੇ ਟੈਕਨੀਕਲ ਇਨਪੁੱਟ ਨਿਕਾਲ ਕੇ ਫਾਈਨਲੀ ਉਹ ਇਸ ਕੇਸ ਕੋ ਟਰੇਸ ਕਰ ਪਾਏ ਹੈ। ਸੋ ਆਈ ਥਿੰਕ ਦੇ ਹੈਵ ਡਨ ਅ ਵੈਰੀ ਗੁੱਡ ਜੋਬ ਜੀ।